ਕੈਪਟਨ ਮੰਗੂਨੀ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾ ਕੇ ਮੈਂ ਸਾਰਿਆਂ ਦਾ ਕਰਜ਼ਾ ਮਾਫ ਕਰ ਦੂੰਗਾ, ਘਰ ਘਰ DSP ਇੰਸਪੈਕਟਰ ਲਾ ਦੂੰਗਾ, ਮੋਬਾਈਲ ਫੋਨ ਦੇ ਦੂੰਗਾ, ਯੇ ਦੇ ਦੂੰਗਾ, ਵੋ ਦੇ ਦੂੰਗਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਸਭ ਤੋਂ ਵੱਡਾ ਗੁਨਾਹ, ਜਿਹੜੇ 4 ਸਾਲਾਂ 'ਚ ਸਭ ਤੋਂ ਵੱਡਾ ਪਾਪ ਗੁਨਾਹ ਕੀਤਾ ਕਿ ਗਰੀਬਾਂ ਦੇ ਪਿੱਠ 'ਤੇ ਛੁਰਾ ਮਾਰਿਆ। ਤਾਂ ਪ੍ਰਕਾਸ਼ ਸਿੰਘ ਜੀ ਬਾਦਲ ਜਿੰਨੇ ਸਾਲ ਮੁੱਖ ਮੰਤਰੀ ਰਹੇ, ਤੁਹਾਡੇ ਸਾਰੇ SC PC ਦੇ ਬੱਚਿਆਂ ਨੂੰ ਪੜ੍ਹਾਈ ਮੁਫ਼ਤ ਦਿੰਦੇ ਸੀ। ਜਦੋਂ ਕੈਪਟਨ ਆਇਆ ਪਹਿਲੇ ਹੀ ਸਾਲ ਤੋਂ ਸਾਰਾ ਸਕਾਲਰਸ਼ਿਪ ਦਾ ਕੰਮ ਬੰਦ ਹੋਣ ਲੱਗ ਗਿਆ, ਕਾਲਜ ਵੀ ਬੰਦ ਹੋ ਗਏ, ਬੱਚੇ ਵੀ ਪੜ੍ਹਾਈ ਤੋਂ ਵਾਂਝੇ ਹੋ ਗਏ। ਜਿਹੜਾ ਪੈਸਾ ਆਇਆ ਸੀ ਕਾਲਜਾਂ ਨੂੰ ਦੇਣ ਦੇ ਬਜਾਏ ਆਪ ਹੀ ਛੱਕ ਗਏ। ਸਰਕਾਰ ਤੁਸੀਂ ਆਪਣੀ ਬਣਾ ਲਓ ਪੰਜਾਬ 'ਚ ਅਗਲੇ ਸਾਲ, ਮੈਂ ਤੁਹਾਨੂੰ ਵਾਅਦਾ ਕਰਦਾ ਇੱਕ। ਅਤੇ ਅੱਜ ਤੱਕ ਤੁਸੀਂ ਜਾਣਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਕਿਹਾ ਪੂਰਾ ਕੀਤਾ। ਜੇ ਮੈਂ ਕਿਹਾ ਬਿਜਲੀ ਆਮੋ ਆਮ ਕਰ ਦੂੰਗਾ, ਕਰਕੇ ਦਿਖਾ ਤੀ। ਉਦੋਂ ਤਾਂ ਲੋਕ ਕਹਿੰਦੇ ਸੀ, ਕਹਿੰਦੇ ਸੀ ਕਿਵੇਂ ਹੋਊਗੀ, ਆ ਥਰਮਲ ਪਲਾਂਟ ਲੱਗੇ ਸਾਰੇ। ਤਾਂ ਪ੍ਰਕਾਸ਼ ਸਿੰਘ ਜੀ ਬਾਦਲ 5 ਵਾਰ ਮੁੱਖ ਮੰਤਰੀ ਬਣੇ ਆ ਪੰਜਾਬ ਦੇ, ਕਿਉਂ ਬਣੇ ਆ? ਕਿਉਂਕਿ ਵਾਅਦੇ ਦੇ ਪੱਕੇ। ਮੈਂ ਬੀਬੀ ਜਗੀਰ ਕੌਰ ਜੀ ਦਾ ਵੀ ਧੰਨਵਾਦ ਕਰਨਾ। ਪਿਛਲੇ 8-10 ਦਿਨ ਲਗਾਤਾਰ ਹਰ ਵਰਕਰ ਨਾਲ ਤਾਲਮੇਲ ਕੀਤਾ, ਹਰ ਹਲਕੇ ਇੰਚਾਰਜ ਨਾਲ ਤਾਲਮੇਲ ਕਰਕੇ ਉਹਨਾਂ ਨੇ ਸਾਰੇ ਹਲਕਿਆਂ 'ਚ ਆਪਣੀ ਪਾਰਟੀ ਨੂੰ ਮੋਬਲਾਈਜ਼ ਕੀਤਾ। ਅੱਜ ਆਪਾਂ ਕਿਉਂ ਇੱਥੇ ਇਕੱਠੇ ਹੋਏ ਹਾਂ? ਕਿਉਂਕਿ ਇੱਕ ਦਰਿੰਦੇ ਨੇ ਲੱਖਾਂ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ, ਇੱਕ ਮੰਤਰੀ ਦੀ ਲਾਲਚ ਨੇ ਤਕਰੀਬਨ 3 ਲੱਖ ਸਾਲ ਦੇ ਬੱਚੇ ਜਿਹੜੇ ਪੜ੍ਹਦੇ ਸੀ ਪੜ੍ਹਾਈ ਤੋਂ ਵਾਂਝੇ ਕਰ ਦਿੱਤੇ। ਇੰਨੀ ਕਿਹੜੀ ਲਾਲਚ? ਤੁਸੀਂ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ, ਇਕੱਲੇ ਬੱਚਿਆਂ ਦੀ ਨਹੀਂ, ਸਾਰੇ ਪਰਿਵਾਰਾਂ ਦਾ ਅਗਲਾ ਭਵਿੱਖ ਖਰਾਬ ਕਰ ਦਿੱਤਾ। ਆ ਉਹ ਲੋਕ ਹੈ ਜਿਨ੍ਹਾਂ ਨੂੰ ਪਿਆਰ ਤੁਹਾਡੇ ਨਾਲ ਨਹੀਂ ਹੈ। ਮੈਨੂੰ ਯਾਦ ਹੈ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ, ਪਹਿਲੀ ਕੈਬਨਿਟ 'ਚ ਆਏ, ਸਾਰੇ ਬੈਠੇ ਸੀ, ਬਾਦਲ ਸਾਹਿਬ ਨੇ ਕਿਹਾ ਜੇ ਪੰਜਾਬ ਤਰੱਕੀ ਹੋਣੀ ਹੈ ਪੰਜਾਬ ਦੇ ਗਰੀਬ ਬੱਚਿਆਂ ਨੂੰ ਪੜ੍ਹਾਉਣਾ ਪੈਣਾ, ਇਕੱਲੇ ਖੇਤੀ ਨਾਲ ਆਪਾਂ ਤਰੱਕੀ ਨਹੀਂ ਕਰ ਸਕਦੇ। ਦੁਨੀਆ ਵਿੱਚ ਜਿਹੜੇ ਦੇਸ਼ ਹੈ, ਮੁਲਕ ਹੈ, ਭਾਵੇਂ ਅਮਰੀਕਾ ਭਾਵੇਂ ਕੈਨੇਡਾ, ਉਹ ਮੁਲਕਾਂ ਨੇ ਤਰੱਕੀ ਕਿਉਂ ਕੀਤੀ? ਕਿਉਂਕਿ ਉਹ ਮੁਲਕਾਂ ਨੇ ਪੜ੍ਹਾਈ 'ਤੇ ਜ਼ੋਰ ਦਿੱਤਾ। ਆ ਜਿਹੜੀ ਸਕਾਲਰਸ਼ਿਪ ਸਕੀਮ ਸ਼ੁਰੂ ਹੋਈ, ਤੁਸੀਂ ਯਾਦ ਕਰੋ ਪਹਿਲੇ ਮਸਾਂ 5-10 ਹਜ਼ਾਰ ਬੱਚੇ ਸਕਾਲਰਸ਼ਿਪ ਲੈਂਦੇ ਸੀ। ਮੈਂ ਫਿਰ ਮੀਟਿੰਗ ਕੀਤੀ, ਅਫਸਰ ਬੁਲਾਏ, ਮੈਂ ਕਿਹਾ ਹਰ ਗੁਰੂ ਘਰ ਦੇ ਵਿੱਚ ਪੋਸਟਰ ਲਾਓ, TV 'ਤੇ ਇਸ਼ਤਿਹਾਰ ਆਪਣਾ ਐਡ ਕੱਢੋ, ਬੱਚਿਆਂ ਨੂੰ ਦੱਸੀਏ ਕਿਵੇਂ ਸਕਾਲਰਸ਼ਿਪ ਮਿਲ ਸਕਦੀ ਹੈ। ਔਨਲਾਈਨ ਪੋਰਟਲ ਬਣਾਇਆ ਜਿੱਥੇ 15 ਲੱਖ ਬੱਚੇ ਪਹੁੰਚ ਗਏ ਸਾਲ ਦੇ। ਲਗਾਤਾਰ ਜਿੰਨੇ ਸਾਲ
ਤਾਂ ਪ੍ਰਕਾਸ਼ ਸਿੰਘ ਜੀ ਬਾਦਲ ਜਿੰਨੇ ਸਾਲ ਮੁੱਖ ਮੰਤਰੀ ਰਹੇ ਤੁਹਾਡੇ ਸਾਰੇ ਐਸ ਸੀ ਬੀ ਸੀ ਦੇ ਬੱਚਿਆਂ ਨੂੰ ਪੜ੍ਹਾਈ ਮੁਫ਼ਤ ਦਿੰਦੇ ਸੀ, ਅਸੀਂ ਪੜ੍ਹਾਈ ਲਗਾਤਾਰ ਕਰਦੇ। ਜਦੋਂ ਕੈਪਟਨ ਆਇਆ ਪਹਿਲੇ ਹੀ ਸਾਲ ਤੋਂ ਸਾਰਾ ਸਕਾਲਰਸ਼ਿਪ ਦਾ ਕੰਮ ਬੰਦ ਹੋਣ ਲੱਗ ਗਿਆ। ਅੱਜ 4 ਸਾਲ ਹੋ ਗਏ, ਕਾਲਜ ਵੀ ਬੰਦ ਹੋ ਗਏ, ਬੱਚੇ ਵੀ ਪੜ੍ਹਾਈ ਤੋਂ ਵਾਂਝੇ ਹੋ ਗਏ। ਜਿਹੜਾ ਪੈਸਾ ਆਇਆ ਸੀ ਕਾਲਜਾਂ ਨੂੰ ਦੇਣ ਦੇ ਬਜਾਏ ਆਪ ਹੀ ਛੱਕ ਗਏ ਅਤੇ ਬੇਚਾਰੇ ਬੱਚੇ ਅੱਜ ਘਰੇ ਬੈਠੇ ਆ। ਜਿਹੜੀਆਂ ਨੌਕਰੀਆਂ ਮਿਲਣੀਆਂ ਸੀ ਪੜ੍ਹ ਕੇ ਉਹਨਾਂ ਤੋਂ ਵਾਂਝੇ ਹੋ ਗਏ। ਇਹ ਤੋਂ ਵੱਡਾ ਪਾਪ ਨਹੀਂ ਹੋ ਸਕਦਾ। ਮੈਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਸਭ ਤੋਂ ਵੱਡਾ ਗੁਨਾਹ, ਜਿਹੜੇ 4 ਸਾਲਾਂ 'ਚ ਸਭ ਤੋਂ ਵੱਡਾ ਪਾਪ ਗੁਨਾਹ ਕੀਤਾ ਕਿ ਗਰੀਬਾਂ ਦੇ ਪਿੱਠ 'ਤੇ ਛੁਰਾ ਮਾਰਿਆ, ਕਿ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਕੀਤਾ। ਸਭ ਤੋਂ ਵੱਡੀ ਮਾੜੀ ਗੱਲ ਜੇ ਕੀਤੀ ਹੈ 4 ਸਾਲਾਂ 'ਚ ਆਹ ਕੀਤੀ ਹੈ। ਕੈਪਟਨ ਸਾਹਿਬ ਸਾਧੂ ਸਿੰਘ ਧਰਮਸੋਤ ਅਤੇ ਇੱਥੋਂ ਦਾ ਜਿਹੜਾ ਇਹਨਾਂ ਦਾ ਲੀਡਰ ਹੈ, ਜਿਹੜਾ ਪੈਸਾ ਖਾਧਿਆ ਉਹਨੂੰ ਵਫਾ ਨਹੀਂ ਕਰਨਾ ਕੋਈ ਨਾ ਕੋਈ। ਜਿਵੇਂ ਪਰਮਾਤਮਾ ਕਹਿੰਦੇ ਆ, ਅੱਜ ਜਿਹੜਾ ਆਈ ਜਾ ਪੈਸਾ ਹੁੰਦਾ ਨਾ, ਘਰ 'ਚ ਵਫਾ ਨਹੀਂ ਦਿੰਦਾ, ਜਾਂ ਬਿਮਾਰੀਆਂ ਰਾਹੀਂ ਜਾਂ ਘਾਟੇ ਬਿਜਲੀ ਆਮੂ ਆਮ ਕਰ ਦੂੰਗਾ, ਕਰਕੇ ਦਿਖਾਤੀ। ਉਦੋਂ ਤਾਂ ਲੋਕੀ ਕਹਿੰਦੇ ਸੀ ਕਿਵੇਂ ਹੋਊਗੀ, ਆਹ ਥਰਮਲ ਪਲਾਂਟ ਲੱਗੇ ਸਾਰੇ। ਜੇ ਮੈਂ ਕਿਹਾ ਸੜਕਾਂ 4 ਤੇ 6 ਲੇਨ ਦੀਆਂ ਬਣਾ ਕੇ ਸਾਰੇ ਵੱਡੇ ਸ਼ਹਿਰਾਂ ਨੂੰ ਜੋੜ ਦੂੰਗਾ, ਉਦੋਂ ਕਹਿੰਦੇ ਸੀ ਕਿਵੇਂ ਹੋਊਗਾ। ਅੱਜ ਤੁਹਾਡੇ ਸਾਹਮਣੇ ਆ ਜਿਹੜੀ ਸੜਕ ਦੇ ਸਾਹਮਣੇ ਬੈਠੇ, ਇਹੋ ਜਿਹੀਆਂ ਸੜਕਾਂ ਸਾਰੇ ਪੰਜਾਬ 'ਚ। ਜੇ ਅਸੀਂ ਕਿਹਾ ਸੀ ਗਰੀਬ ਨੂੰ ਆਟਾ ਦਾਲ ਦੇਵਾਂਗੇ, ਮੈਨੂੰ ਯਾਦ ਹੈ ਬਾਦਲ ਸਾਹਿਬ ਨੇ ਕਿਹਾ ਕਿ ਮੈਂ ਹਰ ਗਰੀਬ ਨੂੰ ਪੰਜਾਬ 'ਚ, ਮੇਰਾ ਗਰੀਬ ਪਰਿਵਾਰ ਕੋਈ ਭੁੱਖਾ ਨਹੀਂ ਰਹੂਗਾ ਦੇਵਾਂਗੇ। ਉਦੋਂ ਕਾਂਗਰਸੀ ਦਾ ਬਿਆਨ ਸੀ ਕਿਵੇਂ ਦੇਣਗੇ। ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਅਸੀਂ ਕੋਈ ਸਾਲ 2 ਸਾਲ 3 ਸਾਲ ਨਹੀਂ ਟਿਕਿਆ, ਪਹਿਲੀ ਕੈਬਨਿਟ ਮੀਟਿੰਗ 'ਚ ਬਾਦਲ ਸਾਹਿਬ ਨੇ ਆਟਾ ਦਾਲ ਦੇਣਾ ਸ਼ੁਰੂ ਕੀਤਾ। ਜੇ ਅਸੀਂ ਕਿਹਾ ਤੁਹਾਨੂੰ 200 ਯੂਨਿਟ ਬਿਜਲੀ ਦੇ ਅਸੀਂ ਭਾਈਚਾਰੇ ਦੇ ਮਾਫ਼ ਹੋਣਗੇ ਅਤੇ ਮਾਫ਼ ਕੀਤੇ, ਅਸੀਂ ਲਾਰੇ ਨਹੀਂ ਲਾਏ ਕਿ ਖਜ਼ਾਨਾ ਖਾਲੀ ਸੀ, ਇਹ ਕਿਸੀ ਉਹ ਸੀ। ਜਿੰਨੀਆਂ ਵੀ ਸਹੂਲਤਾਂ ਐਸ ਸੀ ਭਾਈਚਾਰੇ ਨੂੰ, ਬੀ ਸੀ ਭਾਈਚਾਰੇ ਨੂੰ, ਕਿਸਾਨ ਨੂੰ, ਵਪਾਰੀ ਨੂੰ, ਜਿੰਨੀਆਂ ਵੀ ਸਹੂਲਤਾਂ ਪੰਜਾਬ 'ਚ ਮਿਲੀਆਂ ਜਦੋਂ ਦਾ ਪੰਜਾਬ ਪੰਜਾਬ ਬਣਿਆ, ਸਾਰੀਆਂ ਹੀ ਸਹੂਲਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀਆਂ। ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ। ਜਿਵੇਂ ਮੈਂ ਕਿਹਾ ਅਸੀਂ ਆਟਾ ਦਾਲ ਦਿੱਤਾ, ਸ਼ਗਨ ਦਿੱਤਾ, ਪੈਨਸ਼ਨ ਦਿੱਤਾ, ਆਹ ਜਿਹੜੀ ਆਉਣ ਵਾਲੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਇਰਟੀ ਸਾਡੀ ਹੋਊਗੀ, ਨੰਬਰ 1 ਨਿਸ਼ਾਨਾ ਸਾਡਾ ਹੋਊਗਾ ਕਿ ਮੇਰੇ ਪੰਜਾਬ ਵਿੱਚ ਕੋਈ ਵੀ ਗਰੀਬ ਪੜ੍ਹਾਈ ਤੋਂ ਵਾਂਝਾ ਨਹੀਂ ਰਹੂਗਾ, ਸਾਰਿਆਂ ਨੂੰ ਮੁਫ਼ਤ ਪੜ੍ਹਾਈ ਦਿੱਤੀ ਜਾਊਗੀ। ਐਸ ਸੀ ਵਿੱਚ ਸਾਰੇ ਕਾਲਜਾਂ ਕਾਲਜ ਤੱਕ ਪੜ੍ਹਾਈ ਐਸ ਸੀ ਬੀ ਸੀ ਗਰੀਬਾਂ ਦੀ ਮੁਫ਼ਤ ਹੋਊਗੀ, ਗਰੰਟੀ ਕਰਦਾ, ਕਿਹੜੇ ਮਰਜ਼ੀ ਕਾਲਜ ਜਾਇਓ। ਸਭ ਤੋਂ ਪਹਿਲਾਂ ਕੰਮ ਹੀ ਇੱਥੋਂ ਪੜ੍ਹਾਈ ਤੋਂ ਸ਼ੁਰੂ ਕਰਾਂਗੇ। ਨਾਲੇ ਦੁਆਬੇ ਵਿੱਚ ਜਿੱਥੇ ਐਸ ਸੀ ਭਾਈਚਾਰਾ ਬਹੁਤ ਵਸਦੇ ਰਹਿੰਦਾ,
ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਂ ਤੇ ਇੱਕ ਬਹੁਤ ਵਧੀਆ ਯੂਨੀਵਰਸਿਟੀ ਬਣਾਵਾਂਗੇ ਇੱਥੇ। ਜਦੋਂ ਸਰਕਾਰ ਬਣੂਗੀ ਐ ਨਹੀਂ ਹੋਊਗਾ ਕਿ ਪੈਸਾ ਹੈ ਨਹੀਂ, ਪਹਿਲੇ ਹੀ ਸਾਲ ਤੋਂ ਕੰਮ ਸ਼ੁਰੂ ਕਰਕੇ ਪਹਿਲੇ ਡੇਢ ਸਾਲ 'ਚ ਬਣਾ ਕੇ ਦਿਖਾਵਾਂਗੇ। ਮੇਰੇ ਪਿਤਾ ਬਾਦਲ ਸਾਹਿਬ ਨੇ ਮੈਨੂੰ ਦੋ ਤਿੰਨ ਗੱਲਾਂ ਸਿਖਾਈਆਂ ਜਿਹੜੀਆਂ ਮੈਂ ਆਪਣੇ ਪੱਲੇ ਬੰਨੀਆਂ। ਇੱਕ ਗੱਲ ਹੈ, ਮੈਨੂੰ ਕਹਿੰਦੇ ਸੁਖਬੀਰ ਜੇ ਤੂੰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਓਨਾ ਹੀ ਵਾਅਦਾ ਕਰੀ ਜਿਹੜਾ ਪੂਰਾ ਕਰ ਸਕਾਂ, ਕਿਉਂਕਿ ਕਈ ਲੀਡਰ ਵਾਅਦੇ ਜਾਣ ਕੇ ਵੋਟਾਂ ਲੈਣ ਵਾਸਤੇ ਬੜੇ ਕਰਦੇ ਆ, ਜਿਵੇਂ ਕੈਪਟਨ ਨੇ ਕੀਤਾ। ਇੱਕ ਵਾਰ ਠੱਗੀ ਵੱਜ ਸਕਦੀ ਹੈ, ਦੂਜੀ ਵਾਰ ਫਿਰ ਪੂਰੀ ਜ਼ਿੰਦਗੀ ਤੁਹਾਡਾ ਕਲੰਕਿਤ ਹੋ ਜਾਂਦੇ ਆ, ਤੁਹਾਨੂੰ ਕੋਈ ਵਿਸ਼ਵਾਸ ਨਹੀਂ ਕਰਦੇ। ਸਾ ਪ੍ਰਕਾਸ਼ ਸਿੰਘ ਜੀ ਬਾਦਲ 5 ਵਾਰ ਮੁੱਖ ਮੰਤਰੀ ਬਣੇ ਆ ਪੰਜਾਬ ਦੇ, ਕਿਉਂ ਬਣੇ ਆ? ਕਿਉਂਕਿ ਵਾਅਦੇ ਦੇ ਪੱਕੇ। ਆਹੀ ਗੱਲ ਮੈਂ ਆਪਣੇ ਪੱਲੇ ਬਣੀ ਹੈ। ਤੁਸੀਂ ਦੇਖ ਲਓ ਮੇਰੇ ਪਿਛਲੇ 10 ਸਾਲਾਂ ਦੇ ਬਿਆਨ ਦੇਖ ਲਓ, ਜੋ ਵੀ ਮੈਂ ਕਿਹਾ ਪੂਰਾ ਕੀਤਾ। ਇਹੋ ਜਿਹੇ ਵਾਅਦੇ ਮੈਂ ਕੀਤੇ, ਮੈਂ ਸੋਚ ਸਮਝ ਕੇ ਕੀਤੇ ਸੀ, ਪਰ ਪੂਰੇ ਪੂਰੇ ਕੀਤੇ। ਕੈਪਟਨ ਮੰਗੂ ਨਹੀਂ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾ ਕੇ, ਮੈਂ ਸਾਰਿਆਂ ਦਾ ਕਰਜ਼ਾ ਮਾਫ ਕਰ ਦੂੰਗਾ, ਘਰ ਘਰ DSP ਇੰਸਪੈਕਟਰ ਲਾ ਦੂੰਗਾ, ਮੋਬਾਈਲ ਫੋਨ ਦੇ ਦੂੰਗਾ, ਯੇ ਦੇ ਦੂੰਗਾ, ਵੋ ਦੇ ਦੂੰਗਾ। ਉਹਦੇ ਮਨ 'ਚ ਖੋਟ ਹੈ ਯਾਰ। ਕਾਂਗਰਸੀ, ਤੁਸੀਂ ਕਾਂਗਰਸ ਦਾ ਵਿਰਸਾ ਜਾਣਦੇ ਹੋ, ਕਾਂਗਰਸ ਦੀ ਵਿਰਾਸਤ ਦੇਖਦੇ ਹੋ, ਕਿਤੇ ਕਾਂਗਰਸ ਨੇ ਕੁਛ ਕੀਤਾ? ਮੈਨੂੰ ਯਾਦ ਹੈ ਮੈਂ ਪੰਜਾਬ ਦੀ ਅਸੈਂਬਲੀ 'ਚ ਸਾਡੀ ਬਹਿਸ ਚੱਲ ਰਹੀ ਸੀ, ਇੱਕ ਪਾਸੇ ਕਾਂਗਰਸ ਦੇ ਲੋਕ ਮੰਤਰੀ ਆਪਣੇ ਬੈਠੇ ਸੀ, ਲੀਡਰ ਚੰਨੀ ਸੀ, ਬੀਬੀ ਭੱਟਲ ਸੀ, ਲਾਲ ਸਿੰਘ ਸੀ, ਸਾਰੇ ਬੈਠੇ ਸੀ, ਇੱਕ ਪਾਸੇ ਅਸੀਂ ਬੈਠੇ ਸੀ, ਬਹਿਸ ਚੱਲ ਪਈ ਕਿਹੜੀ ਸਰਕਾਰ ਨੇ ਕੀ ਕੰਮ ਕੀਤੇ ਹੈ। ਮੈਂ ਮੇਰੀ ਵਾਰੀ ਆਈ ਤਾਂ ਮੈਂ ਕਿਹਾ ਮੈਂ ਬਹਿਸ ਵੀ ਕਰਨਾ ਚਾਹੁੰਦਾ, ਮੈਂ ਇਕੱਲੇ 5 ਸਵਾਲ ਪੁੱਛਣਾ ਚਾਹੁੰਦਾ ਕੈਪਟਨ ਤੋਂ। ਆਪ ਕੈਪਟਨ ਨਹੀਂ ਸੀ, ਉਦੋਂ ਬੀਬੀ ਭੱਟਲ ਦੇ ਚੰਨੀ ਲੀਡਰ ਸੀ। ਮੈਂ ਕਿਹਾ ਤੁਹਾਡਾ ਕੈਪਟਨ ਅਮਰਿੰਦਰ ਸਿੰਘ 2002 ਤੋਂ 2007 ਤੱਕ 5 ਮੁੱਖ ਮੰਤਰੀ ਰਿਹਾ, 5 ਸਾਲ। ਮੈਨੂੰ 5 ਚੀਜ਼ਾਂ ਦੇ ਦੱਸ ਦਿਓ ਜਿਹੜੀਆਂ ਕੈਪਟਨ ਨੇ ਪੰਜਾਬ ਵਿੱਚ ਕੀਤੀਆਂ, 5 ਕੱਲੀਆਂ। ਦੇਖੋ ਸਾਰੇ ਬੀਬੀ ਭੱਟਲ ਲਾਲ ਸਿੰਘ ਨੂੰ ਪੁੱਛਣ ਲੱਗੀ, ਦੱਸੋ ਕੀ 5 ਕੀਤੀਆਂ। ਲਾਲ ਸਿੰਘ ਚੰਨੀ ਨੂੰ ਪੁੱਛਣ ਲੱਗ ਗਿਆ, ਖੁਸਰ ਦੱਸ ਨਹੀਂ ਸਕੇ। ਫਿਰ ਮੈਂ ਕਿਹਾ ਐਂ ਕਰੋ, 5 ਛੱਡ ਦਿਓ, 4 ਦੱਸ ਦਿਓ। ਫਿਰ ਤੋਂ ਖੁਸਰ ਕਰਨ ਲੱਗ ਗਏ, ਦੱਸਿਆ ਕੁਛ ਨਹੀਂ। ਮੈਂ ਕਿਹਾ ਚੱਲ 3 ਦੱਸ ਦਿਓ, 3 ਵੀ ਨਹੀਂ ਦੱਸ ਸਕੇ। ਫਿਰ ਮੈਂ ਅਖੀਰ 'ਚ ਔਖਾ ਜਿਹਾ ਹੋ ਕੇ ਕਿਹਾ ਯਾਰ, ਮੈਂ ਕਿਹਾ ਤੁਹਾਨੂੰ ਸ਼ਰਮ ਕਰੋ, ਤੁਸੀਂ 5 ਸਾਲ ਮੁੱਖ ਮੰਤਰੀ ਰਹੇ ਹੋ, ਤੁਸੀਂ ਇੱਕ ਗੱਲ ਤਾਂ ਦੱਸ ਦਿਓ, ਇੱਕ ਗੱਲ। ਚੰਨੀ ਖੜਾ ਹੋਇਆ, ਉਦੋਂ ਲੀਡਰ ਆਫ ਦੀ ਆਪੋਜੀਸ਼ਨ ਸੀ ਚੰਨੀ, ਖੜਾ ਹੋ ਕੇ ਕਹਿੰਦਾ ਹਾਂ ਕੀਤਾ ਸਾਡੇ ਕੈਪਟਨ ਨੇ। ਤੁਸੀਂ TV 'ਚ ਦੇਖਿਆ ਹੋਣਾ, ਸਾਰਾ ਲਾਈਵ ਚੱਲ ਰਿਹਾ ਸੀ ਉਦੋਂ। ਮੈਂ ਸਮਝਿਆ ਪਤਾ ਨਹੀਂ ਕੀ ਬੰਬ ਸਿੱਟਿਆ, ਹਾਂਜੀ ਅਸੀਂ ਬਹਿ ਗਏ ਥੱਲੇ। ਮੈਂ ਕਿਹਾ ਦੱਸੋ ਚੰਨੀ ਸਾਹਿਬ ਕੀ ਕੀਤਾ ਤੁਹਾਡੇ ਕੈਪਟਨ ਨੇ? ਕਹਿੰਦਾ ਸੜਕਾਂ 'ਤੇ, ਜਿਹੜੀ ਟੁੱਟੀਆਂ ਸੜਕਾਂ 'ਤੇ ਅਸੀਂ ਪੈਚ ਲਾਏ ਹੈ। ਮੈਂ ਹੁਣ ਪੁੱਛਣਾ ਚਾਹੁੰਦਾ ਸਾਰੀ ਜਨਤਾ ਨੂੰ, 4 ਸਾਲ ਪੂਰੇ ਹੋ ਗਏ, ਮੈਨੂੰ ਦੱਸ ਦਿਓ ਇੱਕ ਚੀਜ਼ ਜੋ ਕੈਪਟਨ ਨੇ ਕੀਤੀ ਹੈ, ਇੱਕ ਚੀਜ਼ ਕੀਤੀ ਕੀ ਹੈ ਤਾਂ ਛੱਡ ਦਿਓ। ਮੈਨੂੰ ਇੱਕ ਗੱਲ ਦੱਸ ਦਿਓ, ਕਿੰਨੀਆਂ ਚੀਜ਼ਾਂ ਬੰਦ ਕਰ ਦਿੱਤੀਆਂ? ਪੈਨਸ਼ਨਾਂ, ਆਟਾ ਦਾਲ ਦੇ ਕਾਰਡ ਤੁਹਾਡੇ ਕੱਟਤੇ, ਪੈਨਸ਼ਨਾਂ ਕੱਟਤੀਆਂ,
ਸ਼ਗਨ ਕੱਟਤੇ। ਜਿਹੜੇ ਮੁਲਾਜ਼ਮ ਸਰਕਾਰੀ ਮੁਲਾਜ਼ਮ ਦੇ ਡੀਏ ਨਹੀਂ ਦਿੱਤੇ ਤੇ ਪੇ ਕਮਿਸ਼ਨ ਦੀ ਤਾਂ ਗੱਲ ਹੀ ਛੱਡ ਦਿਓ। ਪਹਿਲੇ ਅਸੀਂ ਤੁਹਾਡੇ ਜਿੰਮ ਬਣਾਉਂਦੇ ਹੁੰਦੇ ਸੀ ਨੌਜਵਾਨਾਂ ਵਾਸਤੇ, ਜਿੰਮ ਦੇਣੇ ਬੰਦ ਕਰ ਦਿੱਤੇ, ਖੇਡਾਂ ਦਾ ਸਮਾਨ ਦੇਣਾ ਬੰਦ ਕਰ ਦਿੱਤਾ। ਤੁਹਾਡੇ ਘਰੇ ਮੈਂ, ਤੁਹਾਡੇ ਪਿੰਡਾਂ 'ਚ ਮੈਂ ਸੇਵਾ ਕੇਂਦਰ ਖੋਲ੍ਹਦੇ ਸੀ। ਤੁਸੀਂ ਦਫ਼ਤਰ ਨਾ ਜਾਓ, ਤੁਹਾਨੂੰ ਕੰਮ ਕਰਨ ਦੀ ਡੀਸੀ ਦਫ਼ਤਰ ਜਾਣ ਦੀ ਲੋੜ ਨਹੀਂ, ਘਰੇ ਤੁਹਾਡੇ ਸਾਰੇ ਕੰਮ ਹੋ ਜਾਣ। ਸੇਵਾ ਕੇਂਦਰ ਵੀ ਬੰਦ ਕਰ ਦਿੱਤੇ, ਸੇਵਾ ਕੇਂਦਰ ਬੰਦ ਕਰ ਦਿੱਤੇ। ਅੱਜ ਸਭ ਤੋਂ ਵੱਡੇ ਨਸ਼ੇ ਦਾ ਮਾਫੀਆ ਵਪਾਰ ਕਰ ਰਹੇ ਕੌਣ? ਕਾਂਗਰਸੀ MLA ਪੈਸੇ ਲੈ ਰਹੇ, ਮਹੀਨਾ ਲੈ ਰਿਹਾ ਨਸ਼ਿਆਂ ਤੋਂ। ਸਭ ਤੋਂ ਵੱਡਾ ਸੈਂਡ ਮਾਫੀਆ ਕਾਂਗਰਸ ਦੇ MLA ਹੈ, ਜਿੰਨੇ ਸ਼ਰਾਬ, ਜਾਲੀ ਸ਼ਰਾਬ ਪੰਜਾਬ 'ਚ ਆ ਰਹੀ ਹੈ ਸਾਰੀ ਕਾਂਗਰਸ ਦੇ MLA ਲਿਆ ਰਹੇ ਹੈ ਅਤੇ ਖਜ਼ਾਨੇ ਨੂੰ ਖਾਲੀ ਕਰ ਦਿੱਤਾ। ਅੱਜ ਗੈਂਗਸਟਰਾਂ ਦਾ ਰਾਜ ਹੈ, ਰੋਜ਼ ਅਖਬਾਰ ਕਰ ਲਓ। ਕੱਲ੍ਹ ਮੈਂ ਗਿਆ ਤਰਨ ਤਾਰਨ, SI ਨੂੰ ਗੈਂਗਸਟਰ ਨੇ ਮਾਰ ਦਿੱਤਾ, ਬੈਂਕ ਲੁੱਟੇ ਜਾ ਰਹੇ ਹੈ। ਗੈਂਗਸਟਰ ਜੇਲ੍ਹਾਂ 'ਚ ਰਹਿ ਕੇ ਫਲੌਤੀ ਕਰ ਰਹੇ ਲੋਕਾਂ ਨੂੰ, ਲੋਕ ਪੈਸੇ ਇਕੱਠੇ ਕਰ ਰਿਹਾ, ਕਿਉਂਕਿ ਪਤਾ ਅੱਜ ਪੈਸੇ ਦਾ ਰਾਜ ਆ। ਕੋਈ ਮਰਜ਼ੀ ਕੰਮ ਕਰਾਉਣਾ ਪੈਸੇ ਦਾ ਰਾਜ ਕਰਕੇ ਕਰਦਾ ਹੈ। ਮੈਨੂੰ ਇੱਕ ਗੱਲ ਦੱਸੋ, ਤੁਹਾਡੇ 'ਚੋਂ ਕੋਈ ਵੀ ਆਪਣੇ ਆਪ ਪੰਜਾਬ ਦੇ ਆਪਾਂ ਕੋਨੇ ਤੋਂ ਆਏ ਦੁਆਬੇ 'ਚ, ਤੁਹਾਡਾ ਕੋਈ ਕਾਂਗਰਸੀ ਮਿੱਤਰ ਹੋਇਆ, ਉਹਨੂੰ ਪੁੱਛ ਲਓ ਕੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ 4 ਸਾਲ ਹੋਏ ਮੁੱਖ ਮੰਤਰੀ ਨੂੰ ਮਿਲੇ ਹੋ? ਜਿਹੜੇ ਲੋਕ ਆਮ ਵਰਕਰ ਆਪਣੇ ਮੁੱਖ ਮੰਤਰੀ ਨੂੰ ਨਹੀਂ ਮਿਲ ਸਕਦੇ ਤੇ ਜਨਤਾ ਦੀ ਕੀ ਗੱਲ ਹੈ? ਦੁਆਬੇ ਵਾਲੇ ਮੈਨੂੰ ਇੰਨਾ ਦੱਸ ਦਿਓ, ਕੈਪਟਨ ਅਮਰਿੰਦਰ ਸਿੰਘ ਪਿਛਲੇ 4 ਸਾਲਾਂ 'ਚ ਫਲੋਰ ਤੁਸੀਂ ਕਿਤੇ ਦੇਖਿਆ? ਫਗਵਾੜੇ ਦੇਖਿਆ, ਹੁਸ਼ਿਆਰਪੁਰ ਦੇਖਿਆ, ਟਾਂਡੇ ਦੇਖਿਆ, ਕਪੂਰਥਲੇ ਦੇਖਿਆ, ਸੁਲਤਾਨਪੁਰ ਲੋਧੀ ਦੇਖਿਆ? ਜੇ ਦੇਖਿਆ ਹੀ ਨਹੀਂ 4 ਸਾਲ, ਫਿਰ ਮੁੱਖ ਮੰਤਰੀ ਕਿਸ ਵਾਸਤੇ? ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਮੈਂ ਉਪ ਮੁੱਖ ਮੰਤਰੀ ਸੀ, ਮੈਨੂੰ ਲੱਗਦਾ ਕੋਈ ਦਿਨ ਨਹੀਂ ਸੀ, ਕਿਤੇ ਨਾ ਕਿਤੇ ਅਸੀਂ ਹੁੰਦੇ ਸੀ, ਤੁਹਾਡੇ ਵਿੱਚ ਹੁੰਦੇ ਸੀ, ਸੰਗਤ ਦਰਸ਼ਨ ਹੁੰਦੇ ਸੀ। ਮੈਨੂੰ ਯਾਦ ਆ ਹਰ ਹਲਕੇ ਤੁਹਾਡੇ ਸੰਗਤ ਦਰਸ਼ਨ ਹੋਇਆ, ਜਿੱਥੇ ਤੁਸੀਂ 20 ਕਰੋੜ ਮੰਗਿਆ ਹਲਕੇ ਨੇ, ਅਸੀਂ 100-100 ਕਰੋੜ ਦੇ ਕੇ ਗਏ। ਪਿਛਲੇ 10 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸੀ, ਕੋਈ ਖਜ਼ਾਨੇ ਦੀ ਕਮੀ ਨਹੀਂ ਸੀ, ਉਦੋਂ ਤਾਂ ਖਜ਼ਾਨਾ ਭਰਿਆ ਸੀ। ਅਸੀਂ ਕਿਤੇ ਸਾਡੇ ਬਿਆਨ ਦੁਨੇ ਕਿ ਖਜ਼ਾਨਾ ਖਾਲੀ ਹੈ? ਹੁਣ ਕੈਪਟਨ ਕਿਉਂਕਿ ਘਰੋਂ ਨਿਕਲਣਾ ਨਹੀਂ, ਘਰੇ ਆਪਣੇ ਫਾਰਮ ਹਾਊਸ 'ਚ ਰਹਿੰਦਾ, ਰੋਜ਼ ਤੁਸੀਂ ਵੀਡੀਓ ਦੇਖਦੇ ਹੋ ਕੈਪਟਨ ਸਾਹਿਬ ਕੀ ਕਰਦੇ ਆ ਫਾਰਮ ਹਾਊਸ, ਵੀਡੀਓ ਦੇਖਦੇ ਹੋ ਕਿ ਨਹੀਂ? ਸੋਸ਼ਲ ਮੀਡੀਆ 'ਤੇ ਆਉਂਦੀਆਂ ਦੇਖਿਆ ਕਰੋ। ਇੱਥੇ ਲੋਕ ਕਰੋਨਾ ਨੂੰ ਮਰ ਰਹੇ ਆ, ਇੱਥੇ ਲੋਕ ਭੁੱਖ ਤੋਂ ਮਰ ਰਹੇ, ਇੱਥੇ ਲੋਕ ਬੁਰਾ ਹਾਲ ਹੈ, ਉੱਥੇ ਕੈਪਟਨ ਸਾਹਿਬ ਐਸ਼ ਕਰ ਰਿਹਾ। ਜਿਹੜਾ ਵੀ ਅਸੀਂ ਕਹੀਏ, ਜਿਹੜਾ ਵੀ ਠੱਗੀ ਮਾਰਦਾ, ਕੈਪਟਨ ਸਾਹਿਬ ਦੀ ਇੱਕੋ ਗੱਲ ਹੈ, ਕਲੀਨ ਚਿੱਟ। ਕੈਪਟਨ ਸਾਹਿਬ ਕਿੰਨੀ ਦੇਰ ਕਲੀਨ ਚਿੱਟ ਦੇ ਦੋਗੇ? ਇੱਕ ਗਰਮੀ ਰਹਿ ਗਈ, ਆਹ ਸਰਦੀ ਤਾਂ ਗਈ, ਅਗਲੀ ਸਰਦੀ ਤੁਹਾਡੀ ਸਰਕਾਰ ਆ ਜਾਣੀ ਹੈ ਪੰਜਾਬ 'ਚ। ਮੈਂ ਤੁਹਾਨੂੰ ਅੱਜ ਗਰੰਟੀ ਕਰਦਾ, ਆਹ ਜਿਹੜੇ ਧਰਮਸੋਰ ਵਰਗੇ ਡਾਕੂ ਹੈ, ਸਰਕਾਰ ਬਣਦੇ ਪਹਿਲੇ ਮਹੀਨੇ ਚੰਦਰ ਹੋਣਗੇ, ਇਹਨਾਂ ਤੋਂ ਜਿੰਨਾ ਪੈਸਾ ਖਾਧਾ ਸਾਰਾ ਪੈਸਾ ਕਢਾ ਕੇ ਬੱਚਿਆਂ ਦੀ ਪੜ੍ਹਾਈ ਵਿੱਚ, ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਲਾਇਆ ਜਾਊਗਾ, ਮੈਂ ਤੁਹਾਨੂੰ ਗਰੰਟੀ ਦਿੰਦਾ। ਜਿੰਨਾ ਇਹਨਾਂ ਨੇ ਲੁੱਟਿਆ, ਜਿੰਨਾ ਲੁੱਟਿਆ ਇਹਨਾਂ ਨੇ, ਆਹ ਸੋਚਦੇ ਕਿ ਪੂਰੀ ਜ਼ਿੰਦਗੀ ਸਾਡਾ ਰਾਜ ਰਹਿਣਾ,
ਸ਼੍ਰੋਮਣੀ ਅਕਾਲੀ ਦਲ ਤੁਹਾਡੀ ਪਾਰਟੀ ਹੈ, ਗਰੀਬ ਦੀ, ਕਿਸਾਨ ਦੀ, ਮਜ਼ਦੂਰ ਦੀ, ਵਪਾਰੀ ਦੀ, ਸਾਰੇ ਵਰਗਾਂ ਦਾ ਸਤਿਕਾਰ ਕਰਦੀ ਹੈ, ਤੁਸੀਂ ਸਾਰੇ ਜਾਣਦੇ ਹੋ। ਮੇਰੇ ਪਿਤਾ ਬਾਦਲ ਸਾਹਿਬ ਨੇ ਇੱਕ ਮੈਨੂੰ ਹੋਰ ਗੱਲ ਸਿਖਾਈ, ਆਹ ਗੱਲ ਸਿਖਾਈ ਹੈ ਕਿ ਜੇ ਪੰਜਾਬ ਤਰੱਕੀ ਤਾਂ ਕਰ ਸਕਦਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ, ਪੰਜਾਬ ਵਿੱਚ ਭਾਈਚਾਰਕ ਸਾਂਝ ਰਹੂਗੀ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀ, ਸਾਰੇ ਧਰਮਾਂ ਦੇ ਪਵਿੱਤਰ ਦਿਨ ਆਉਂਦੇ ਸੀ, ਬਾਦਲ ਸਾਹਿਬ ਆਪ ਜਾ ਕੇ ਮਨਾਉਂਦੇ ਸੀ, ਜਿੰਨੀਆਂ ਵੀ ਯਾਤਰਾ ਨਿਕਲਦੀਆਂ ਸੀ ਮੁੱਖ ਮੰਤਰੀ ਬਾਦਲ ਸਾਹਿਬ ਆਪ ਆਉਂਦੇ ਸੀ, ਜਿੰਨੇ ਵੀ ਗੁਰੂ ਘਰ ਹੈ ਸਾਰੇ ਧਰਮਾਂ ਦੇ ਉਹਨਾਂ ਨੂੰ ਆਪ ਸਜਾਇਆ ਕਰੋੜਾਂ ਰੁਪਏ ਲਾ ਕੇ। ਰਾਮ ਤੀਰਥ ਜਾ ਕੇ ਦੇਖੋ, ਪਵਿੱਤਰ ਸਥਾਨ, ਮੈਂ ਵਾਲਮੀਕੀ ਮਹਾਰਾਜ ਦਾ ਕਿੰਨਾ 300 ਕਰੋੜ ਰੁਪਏ ਲਾ ਕੇ ਇੰਨਾ ਖੂਬਸੂਰਤ ਬਣਾ ਦਿੱਤਾ। ਦੁਰਗਿਆਣਾ ਮੰਦਿਰ ਜਾ ਕੇ ਦੇਖੋ ਕਿੰਨਾ ਖੂਬਸੂਰਤ ਬਣਾਤਾ। ਗੁਰੂ ਰਵਿਦਾਸ ਜੀ ਮਹਾਰਾਜ ਦੇ ਸਥਾਨ ਕਰਾਲਗੜ੍ਹ ਵਾਸਤੇ 250-300 ਕਰੋੜ ਮਨਜ਼ੂਰ ਕਰਾ ਕੇ ਕੰਮ ਸ਼ੁਰੂ ਕੀਤਾ, ਪਰ ਦੋਖੀ ਕਮਰਿੰਦਰ ਸਿੰਘ ਦੀ ਸਰਕਾਰ ਆ ਗਈ, ਅੱਜ ਉੱਥੇ ਇੱਕ ਇੱਟ ਨਹੀਂ ਲੱਗੀ। 1.5 ਸਾਲ ਹੋ ਗਏ, 4 ਸਾਲ ਹੋ ਗਏ, ਇੱਕ ਇੱਟ ਨਹੀਂ ਲੱਗੀ। ਕੋਈ ਗੱਲ ਨਹੀਂ, ਸਾਲ ਬਾਅਦ ਐਡਾ ਖੂਬਸੂਰਤ ਬਣਾ ਦਾਂਗੇ ਸਥਾਨ, ਹਿੰਦੁਸਤਾਨ ਅਤੇ ਦੁਨੀਆਂ ਦੇ ਕੋਨੇ ਕੋਨੇ ਦੇ ਲੋਕ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਆਉਣਗੇ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ ਸੀ, ਛੋਟੀ ਛੋਟੀਆਂ ਗੱਲਾਂ, ਤੁਹਾਡੀ ਮਨ ਦੀਆਂ ਗੱਲਾਂ ਬਾਦਲ ਸਾਹਿਬ ਸਮਝ ਆਉਂਦੇ ਸੀ। ਮੈਨੂੰ ਯਾਦ ਹੈ ਇੱਕ ਦਿਨ ਬਾਦਲ ਸਾਹਿਬ ਤਲਵੰਡੀ ਸਾਬੋ ਤੋਂ ਗਏ, ਸ਼ਾਮ ਨੂੰ ਕੈਬਨਿਟ ਮੀਟਿੰਗ ਸੀ, ਆਏ ਤਲਵੰਡੀ ਸਾਬੋ 'ਚ ਮੱਥਾ ਟੇਕਣ ਗਏ। ਗੁਰੂ ਘਰ ਦੇ ਵਿੱਚ ਇੱਕ ਬਜ਼ੁਰਗ ਆਇਆ ਅਤੇ ਇੱਕ ਮਾਈ ਆਈ, ਬਾਦਲ ਸਾਹਿਬ ਨੂੰ ਕਹਿਣ ਲੱਗੇ ਕਿ ਬਾਦਲ ਸਾਹਿਬ ਤੁਸੀਂ ਸਾਰਾ ਕੁਛ ਸਾਨੂੰ ਕੀਤਾ, ਇੱਕ ਕੰਮ ਰਹਿ ਗਿਆ, ਤੁਸੀਂ ਆਹ ਜ਼ਰੂਰ ਕਰਿਓ। ਸਾਡਾ ਸੁਪਨਾ ਕਿ ਮਰਨ ਤੋਂ ਪਹਿਲੇ ਅਸੀਂ ਆਪਣੇ ਹਜ਼ੂਰ ਸਾਹਿਬ ਦਰਸ਼ਨ ਕਰ ਸਕੀਏ, ਸਾਡੇ ਬੱਚੇ ਲੈ ਕੇ ਨਹੀਂ ਜਾਂਦੇ, ਅਸੀਂ ਬਜ਼ਾਰੇ ਬਜ਼ੁਰਗ ਹਾਂ, ਕਿਵੇਂ ਜਾਈਏ। ਬਾਦਲ ਸਾਹਿਬ ਮੈਨੂੰ ਯਾਦ ਹੈ ਸ਼ਾਮ ਨੂੰ ਆਏ ਤਾਂ ਕਹਿਣ ਲੱਗੇ ਮੈਂ ਇੱਕ ਨਵੀਂ ਸਕੀਮ ਅੱਜ ਸ਼ੁਰੂ ਕਰਨ ਲੱਗਿਆ, ਮੁੱਖ ਮੰਤਰੀ ਤੀਰਥ ਯਾਤਰਾ, ਯਾਦ ਕਰੋ। ਉਦੋਂ ਅਸੀਂ ਫੈਸਲਾ ਕਰ ਲਿਆ ਬਾਦਲ ਸਾਹਿਬ ਨੇ ਕਿ ਹਰ ਜ਼ਿਲ੍ਹੇ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੇ ਜਿਹੜੇ ਧਰਮਾਂ ਦੇ ਪਵਿੱਤਰ ਸਥਾਨ ਆ ਉੱਥੇ ਟ੍ਰੇਨਾਂ ਜਾਇਆ ਕਰਨਗੀਆਂ, ਮੁਫਤ ਜਾਇਆ ਕਰਨਗੀਆਂ। ਹਜ਼ੂਰ ਸਾਹਿਬ, ਵਾਰਾਣਸੀ, ਹਰ ਜਗ੍ਹਾ 'ਤੇ ਕ੍ਰਿਸਚਨ ਭਾਈਚਾਰੇ ਵਾਸਤੇ, ਪਹਿਲਾਂ ਤਾਂ ਮਦਰਾਸ ਕੋਲ ਜਗ੍ਹਾ ਸੀ, ਉੱਥੋਂ ਤੱਕ ਅਸੀਂ ਮੁਫਤ ਟ੍ਰੇਨਾਂ ਸ਼ੁਰੂ ਕੀਤੀਆਂ। ਹਰ ਹਫ਼ਤੇ ਜਾਂਦੀਆਂ ਸੀ ਟ੍ਰੇਨਾਂ, ਕਿਉਂਕਿ ਚਾਹੁੰਦੇ ਸੀ ਵਿਚਾਰੇ ਬਜ਼ੁਰਗ ਜਾ ਸਕਣ। ਐਡੀਆਂ ਛੋਟੀਆਂ ਛੋਟੀਆਂ ਗੱਲਾਂ 'ਤੇ ਬਾਦਲ ਸਾਹਿਬ ਦੀ ਸੋਚ ਸੀ, ਪਰ ਕੈਪਟਨ ਸਾਹਿਬ ਆਇਆ ਪਹਿਲੇ ਦਿਨ ਹੀ ਬੰਦ ਕਰ ਦਿੱਤਾ। ਆ ਕਬੱਡੀ ਆਪਣੀ ਮਾਂ ਖੇਡ, ਯਾਦ ਕਰੋ ਕਿਵੇਂ ਕਬੱਡੀ ਦੁਆਬੇ 'ਚ ਕਿਵੇਂ ਆਪਾਂ ਵਰਲਡ ਕੱਪ ਕਬੱਡੀ ਕਰਾਉਂਦੇ ਹੁੰਦੇ ਸੀ, ਮੇਲਾ ਲੱਗ ਜਾਂਦਾ ਸੀ, 15-20 ਦਿਨ ਨੌਜਵਾਨ ਕਬੱਡੀ ਖੇਡਣ ਲੱਗ ਗਏ ਸੀ। ਜਦੋਂ ਕੈਪਟਨ ਆਇਆ ਵਰਲਡ ਕੱਪ ਕਬੱਡੀ ਬੰਦ। ਮੈਂ ਤਾਂ ਕਿਹਾ 5-4 ਸਾਲ ਹੋ ਗਏ ਕੈਪਟਨ ਨੇ ਬੰਦ ਹੀ ਕੀਤਾ, ਇੱਕ ਨਵੀਂ ਚੀਜ਼ ਇੱਕ ਨਹੀਂ ਸ਼ੁਰੂ ਕੀਤੀ। ਅੱਜ ਪਾਪੀ ਹੈ, ਦੋਖੀ ਹੈ, ਸਭ ਤੋਂ ਵੱਡੀ ਬੇਅਦਬੀ ਜੇ ਹੋਈ ਹੈ ਤਾਂ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ, ਜਿਹੜੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਹੈ। ਜਿਹੜਾ ਇਨਸਾਨ ਆਪਣੇ ਗੁਰੂ ਦੀ ਝੂਠੀ ਸਹੁੰ ਖਾ ਸਕਦਾ, ਇਹ ਤੋਂ ਮਾੜਾ ਇਨਸਾਨ ਕੋਈ ਨਹੀਂ ਹੋ ਸਕਦਾ, ਉਹ ਤੋਂ ਵਿਸ਼ਵਾਸ ਕਿਵੇਂ ਕਰ ਸਕਦੇ ਹੈ। ਆਪਣੇ ਪਿੰਡਾਂ 'ਚ ਵੀ ਆਪ ਦੇਖਿਆ, ਜੇ ਕੋਈ ਲੜਾਈ ਝਗੜਾ ਹੋ ਜਾਵੇ, ਦੋ ਗਰੁੱਪਾਂ 'ਚ ਲੜਾਈ ਹੋ ਜਾਵੇ, ਆਪਾਂ ਕੀ ਕਰਦੇ ਹਾਂ? ਆਪਾਂ ਕਹਿੰਦੇ ਚੱਲ ਗੁਰੂ ਘਰ ਦੇ ਆ ਕੇ ਅੰਦਰ ਆਓ। ਜਿਹੜਾ ਝੂਠਾ ਹੋਊਗਾ ਗੁਰੂ ਘਰ ਨਹੀਂ ਜਾਂਦਾ, ਡਰ
ਲੋਕਾਂ ਦਾ ਹੱਥ ਰੱਖ ਕੇ ਅੱਜ ਇਸ ਕਰਕੇ ਤੁਹਾਨੂੰ ਪਛਾਣਨ ਦੀ ਲੋੜ ਹੀ ਆਪਣੇ ਕਿਹੜੇ ਆ, ਪਰਾਏ ਕਿਹੜੇ ਆ। ਬਾਦਲ ਸਾਹਿਬ ਦੇ ਕੀਤੇ ਹੋਏ ਕੰਮ ਅੱਜ ਕਈ ਪਾਰਟੀਆਂ, ਹੁਣ ਤੁਸੀਂ ਆਮ ਆਦਮੀ ਪਾਰਟੀ ਆਈ, ਉਹਨਾਂ ਵੀ ਡਰਾਮਾ ਕੀਤਾ ਕੈਪਟਨ ਵਾਂਗੂ, ਇਨਕਲਾਬ, ਪੱਗ ਵੀ ਕਿ ਭਗਤ ਸਿੰਘ ਜੀ ਵਰਗੀ ਪਾ ਲਈ। ਸਰ, ਪੱਗ ਭਗਤ ਸਿੰਘ ਜੀ ਵਰਗੀ ਪਾਉਣ ਨਾਲ ਇਨਕਲਾਬੀ ਨਹੀਂ ਪਾਉਂਦੇ, ਇਨਕਲਾਬੀ ਦਿਲੋਂ ਬਣਦੇ ਆ। ਦਿਲੋਂ ਜਜ਼ਬਾ ਚਾਹੀਦਾ ਹੈ, ਜਜ਼ਬਾ ਹੈ ਇਨਕਲਾਬੀ, ਜਜ਼ਬਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਚ ਹੈ ਜਿਨ੍ਹਾਂ ਨੇ 16-16 ਸਾਲ ਜੇਲ੍ਹਾਂ ਕੱਟੀਆਂ। ਇਨਕਲਾਬੀ ਜਜ਼ਬਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਚ ਹੈ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਡੀਆਂ ਸ਼ਹਾਦਤਾਂ ਦਿੱਤੀਆਂ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਦਿੱਤੀਆਂ, ਪੰਜਾਬੀਆਂ ਨੇ ਦਿੱਤਾ। ਐਂ ਪੱਗ ਬਣ ਕੇ ਮਿੱਟੀ ਦੀ ਸਹੁੰ ਖੜ ਕੇ ਡਰਾਮੇ ਨਾਲ ਨਹੀਂ, ਇਹਨਾਂ ਦਾ ਲੀਡਰ ਭਗਵੰਤ ਮਾਨ ਇਹਨਾਂ ਦਾ ਪ੍ਰਧਾਨ ਹੈ, ਇਨਕਲ ਸ਼ਕਲ ਤੋਂ ਇਨਕਲਾਬੀ ਲੱਗਦਾ। ਸ਼ਾਮ ਨੂੰ 2 ਬੋਤਲ ਵਿਸਕੀ ਦੀ ਪੀ ਜਾਂਦਾ, ਇਨਕਲਾਬੀ ਲੱਗਦਾ। ਬਜਨ ਡਰਾਮੇ ਜਿੰਨੀ ਮਰਜ਼ੀ ਕਰ ਲਓ, ਤਾਂ ਉਹ ਤੁਸੀਂ ਦੇਖਿਓ ਹੁਣ ਖਤਮ ਹੋ ਗਏ। ਰਮਨ ਕੈਂਸਰ ਸੋਸਾਇਟੀ ਹੁਣ ਆ ਰਹੇ ਨੇ ਤੁਹਾਡੇ ਆਪਣੇ ਚੈਨਲ ਪੰਜਾਬੀ ਤੇ। ਉਹ ਕਿਹੜੀ ਬਿਮਾਰੀ ਜਿਹਦਾ ਇਲਾਜ ਨਹੀਂ? 25 ਸਾਲਾਂ ਤੋਂ ਕੈਂਸਰ ਦੇ 90% ਮਰੀਜ਼ਾਂ ਨੂੰ ਕੀਤਾ ਤੰਦਰੁਸਤ। ਰਾਜਪਾਲ ਵੱਲੋਂ ਸਨਮਾਨਿਤ ਡਾਕਟਰ ਹਰਪਿੰਦਰ ਸਿੱਧੂ ਕੋਲ ਹੈ ਹਰ ਬਿਮਾਰੀ ਦਾ ਹੱਲ, ਬਿਮਾਰੀ ਤੋਂ ਬਚਣ ਦਾ ਇੱਕੋ ਇੱਕ ਨਾਮ, ਰਮਨ ਕੈਂਸਰ ਸੋਸਾਇਟੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।